ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਿਛਲੇ 2 ਦਿਨਾਂ 'ਚ ਅਸੀਂ ਹੋਮ ਡਿਲੀਵਰੀਜ਼ ਕਰਫਿਊ ਦੇ ਦੌਰਾਨ ਸਟਾਰਟ ਕਰਨ ਦੇ ਕਈ ਯਤਨ ਕੀਤੇ। ਸਾਡਾ ਇਹ ਸਾਡੀ ਇਹ ਮਨਸ਼ਾ ਹੈ ਕਿ ਜੋ ਵੀ ਐਸੈਂਸ਼ੀਅਲ ਕਮੋਡਿਟੀਜ਼ ਨੇ ਉਹ ਤੁਹਾਡੇ ਘਰ ਤੱਕ ਪਹੁੰਚ ਜਾਣ, ਤੁਹਾਨੂੰ ਬਾਹਰ ਆਉਣ ਦੀ ਜ਼ਰੂਰਤ ਨਾ ਹੋਵੇ ਕਿਉਂਕਿ ਕਰਫਿਊ ਹੈਗਾ। ਤੋ ਅਸੀਂ ਕਈ ਸਾਰੀ ਗਰੋਸਰੀ ਸ਼ੋਪਸ ਜਿਨ੍ਹਾਂ ਦੀ ਲਿਸਟ ਅਸੀਂ ਔਨਲਾਈਨ ਡਾਲੀ ਹੈ, ਉਸ ਦੇ ਵਿੱਚ ਤੁਹਾਡੇ ਨੇਬਰਹੁੱਡ ਸ਼ੋਪਸ ਹੈ ਉਹਨੂੰ ਤੁਸੀਂ ਫੋਨ ਕਰ ਸਕਦੇ ਹੋ। ਤੁਸੀਂ ਦੁਕਾਨ 'ਤੇ ਨਹੀਂ ਜਾਣਾ, ਉਹਨਾਂ ਨੇ ਆਪਣੇ ਆਪ ਡਿਲੀਵਰੀ ਤੁਹਾਡੇ ਘਰ ਤੱਕ ਆ ਕੇ ਦੇਣੀ ਹੈ। ਇਹ ਸੇਮ ਸਿਸਟਮ ਅਸੀਂ ਮੈਡੀਸਿਨਸ ਲਈ ਵੀ ਕੀਤਾ ਹੈ। ਅਸੀਂ ਉਹਨਾਂ ਦੀ ਲਿਸਟ ਪਾਈ ਹੈ ਵੈਬਸਾਈਟ 'ਤੇ ਜਿਨ੍ਹਾਂ ਨੇ ਇਸ ਚੀਜ਼ ਲਈ ਅਗਰੀ ਕੀਤਾ ਹੈ ਕਿ ਉਹ ਲੋਕਲੀ ਡਿਲੀਵਰੀ ਕਰ ਦੇਣਗੇ। ਉਹ ਦੇ ਵਿੱਚ ਕਰੀਬ 200 ਤੋਂ ਪਲੱਸ ਦੁਕਾਨਾਂ ਨੇ, ਤੁਹਾਡੀ ਲੋਕਲ ਨੇਬਰਹੁੱਡ ਕਰਿਆਨਾ ਸ਼ੋਪਸ। ਅਪਾਰਟ ਫਰੋਮ ਦੈਟ ਅਸੀਂ ਵੱਡੇ ਰਿਟੇਲਰਸ ਨੂੰ ਵੀ ਇੰਗੇਜ ਕੀਤਾ ਹੈ ਜਿਵੇਂ ਕਿ ਰਿਲਾਇੰਸ, ਮੋਰ, 24/7 ਜਿੰਨੇ ਵੀ ਹੈਗੇ ਉਹ ਵੀ ਹੋਮ ਡਿਲੀਵਰੀ ਕਰਦੇ ਨੇ, ਅਸੀਂ ਉਹਨਾਂ ਨੂੰ ਵੀ ਸਟਾਰਟ ਕਰਾਇਆ। ਨੈਕਸਟ ਅਸੀਂ ਈ ਕਾਮਰਸ ਪੋਰਟਲਸ ਜਿਹੜੇ ਹੈ ਜਿਵੇਂ ਕਿ ਗਰੋਫਰਸ, ਪੇਜੋ, ਇਹਨਾਂ ਨੂੰ ਵੀ ਇੰਗੇਜ ਕੀਤਾ ਹੈ ਕਿ ਇਹ ਵੀ ਤੁਹਾਡੇ ਘਰ ਤੱਕ ਕਿ ਹੋਮ ਡਿਲੀਵਰੀ ਕਰ ਦੇਣ, ਤੁਸੀਂ ਘਰ 'ਚ ਰਹੋ ਅਤੇ ਇਹ ਸਾਰੀ ਜਿਹੜੀ ਵੀ ਐਸੈਂਸ਼ੀਅਲ ਚੀਜ਼ਾਂ ਹੈ ਤੁਹਾਡੇ ਘਰ 'ਚ ਦੇ ਜਾਣ। ਦੁੱਧ ਦਾ ਵੀ ਸਵੇਰੇ ਜਿਹੜੇ ਦੁੱਧ ਵਾਲੇ ਨੇ ਅਤੇ ਅੰਬੇਰਕਾ ਵਾਲੇ ਨੇ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਜਿਹੜੀਆਂ ਰੇੜੀਆਂ ਅਤੇ ਟਰਾਲੀਆਂ ਜਾਂ ਦੁੱਧ ਵਾਲੇ ਲੋਕਲੀ ਜਾ ਕੇ ਇੱਕ ਇੱਕ ਲੋਕੈਲਿਟੀ ਦੇ ਵਿੱਚ ਉਹ ਵੰਡ ਰਹੇ ਹਨ। ਕੱਲ੍ਹ ਸਰਵਿਸ ਮੇਰੇ ਖਿਆਲ ਪੂਰੀ ਕਵਰੇਜ ਨਹੀਂ ਸੀ, ਅੱਜ ਸ਼ਾਮ ਤੱਕ ਮੇਰੇ ਖਿਆਲ ਕਵਰੇਜ ਕਾਫੀ ਬੈਟਰ ਹੋ ਗਈ ਹੈ, ਸਾਨੂੰ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ, ਕੱਲ੍ਹ ਤੱਕ ਖਿਆਲ ਹੋਰ ਬੈਟਰ ਹੋ ਜਾਏਗੀ। ਮੇਰੀ ਇਹ ਅਪੀਲ ਹੈ ਕਿ ਇਹ ਕਰਫਿਊ ਜਿਹੜਾ ਲੱਗਿਆ ਹੋਇਆ ਹੈ ਇਹ ਸਾਰੇ ਸਾਡਿਆਂ ਲਈ ਭਲੇ ਲਈ ਹੈ, ਅਤੇ ਤੁਸੀਂ ਘਰ 'ਚ ਰਹਿ ਕੇ ਆਪਣੀ ਅਤੇ ਆਪਣੇ ਲਵਡ ਵਨਸ ਅਤੇ ਆਪਣੀ ਸਮਾਜ ਦੀ ਸਾਰਿਆਂ ਦੀ ਸੁਰੱਖਿਆ ਕਰ ਸਕਦੇ ਹੋ। ਸੋ ਇਹਦੇ ਵਿੱਚ ਸਾਡਾ ਹੱਥ ਪਟਾਓ ਅਤੇ ਅਸੀਂ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਹੈ, ਅਸੀਂ ਟਰਾਈ ਕਰ ਰਹੇ ਹਾਂ ਅਤੇ ਔਰ ਬੈਟਰ ਸਰਵਿਸਿਸ ਪ੍ਰੋਵਾਈਡ ਕਰਾਵਾਂਗੇ।